ਬੀਤੇ ਦਿਨੀ ਸੂਬੇ ਭਰ ਦੇ ਕੈਮਿਸਟਾਂ ਨੇ ਹੜਤਾਲ ਕੀਤੀ, ਜਿਸ ਦੌਰਾਨ ਆਮ ਮਰੀਜ਼ ਕਾਫੀ ਪਰੇਸ਼ਾਨੀ ਵਿੱਚ ਨਜ਼ਰ ਆਏ। ਬਠਿੰਡਾ ਤੇ ਮਲੇਰਕੋਟਲਾ ਵਿੱਚ ਵੀ ਕਮੋਵੇਸ ਕੈਮਿਸਟਾਂ ਦੀਆਂ ਦੁਕਾਨਾਂ ਨੂੰ ਤਾਲੇ ਲੰਘਦੇ ਨਜ਼ਰ ਆਏ। ਕੈਮਿਸਟਾਂ ਦਾ ਦਾਅਵਾ ਹੈ ਕਿ ਜਿਉਂ ਤੰਦਰੁਸਤ ਪੰਜਾਬ ਮੁਹਿੰਮ ਸ਼ੁਰੂ ਹੋਈ ਹੈ, ਤਦੋਂ ਤੋਂ ਹੀ ਉਹਨਾਂ ਤੇ ਨਜਾਇਜ਼ ਪਾਬੰਦੀਆਂ ਲਗਾ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਜਿੰਦਾਬਾਦ ਜਿੰਦਾਬਾਦ ਜਿੰਦਾਬਾਦ।